ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਜਿਹੜੇ ਮਾਮਲੇ ਨੇ ਉਹ ਲਗਾਤਾਰ ਵੱਧੇ ਜਾ ਰਹੇ ਨੇ ਜਿਹੜਾ ਕਿਸਾਨ ਅੱਗ ਲਾ ਰਿਹਾ ਇੱਕ ਦੂਜੇ ਤੋਂ ਵੱਧ ਕੇ ਅੱਗ ਲਾ ਰਿਆ ਜੇ ਮੰਨ ਲਓ ਕਿ ਗਵੰਡੀ ਨੇ ਲਾ ਦਿੱਤੀ ਤਾਂ ਦੂਜਾ ਕਿਸਾਨ ਕਹਿੰਦਾ ਉਹਨੇ ਲਾਤੀ ਮੈਂ ਵੀ ਅੱਗ ਲਾ ਰਹਾ ਹਾਂ ਹੁਣ ਮਲਾਜਮ ਇਹ ਗੱਲ ਕਹਿੰਦੇ ਆ ਵੀ ਸਰਕਾਰ ਕਿਸਾਨਾਂ ਤੋਂ ਡਰਦੀ ਐ ਸਰਕਾਰ ਕਿਸਾਨਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ ਅੰਮ੍ਰਿਤਸਰ ਦੇ ਵਿੱਚ ਹੀ 300 ਤੋਂ ਵੱਧ ਜਿਹੜਾ ਹੈਗਾ ਕ੍ਰੋਸ ਕਰ ਗਿਆ ਸੀ ਇਹ ਕਿਉਂਗਾ ਉੱਥੋਂ ਦਾ 54.90 ਲੱਖ ਜਿਹੜਾ ਹੈਗਾ ਜੁਰਮਾਨਾ ਕਿਹੜਾ ਹੁਣ ਤੱਕ ਕੀਤਾ ਜਾ ਚੁੱਕਾ ਕਿਸਾਨਾਂ ਨੂੰ ਠੀਕ ਹੈ ਕਿਸਾਨਾਂ ਨੇ ਧਰਨਾ ਸ਼ੁਰੂ ਕਰ ਦੇਣੇ ਆ ਕਿਸਾਨਾਂ ਨੇ ਹਾਈਵੇ ਜਾਮ ਕਰ ਦੇਣੇ ਆ ਤੇ ਸਰਕਾਰ ਫਿਰ ਬੈਕਪਟ ਤੇ ਆ ਜਾਏਗੀ ਫਸ਼ੀਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਆ ਬੋਲਦਾ ਪੰਜਾਬ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਪ੍ਰਦੂਸ਼ਣ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਜਿਹੜੇ ਮਾਮਲੇ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ ਜਿਸ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਿਹੜਾ ਹੈ ਸਖਤੀ ਦਿਖਾਉਂਦੇ ਹੋਏਆਂ ਕਿ ਜਿਹੜੇ ਵੱਡੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਹੈ ਉਸ ਤਵਰ ਕਿੰਨੇ ਲੋਕਾਂ ਦੇ ਮਾਮਲੇ ਦਰਜ ਹੋਇਆ ਇਸ ਤੇ ਪੂਰੀ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh Singh Ropana ਜੀ ਮਜੂਦ ਨੇ ਕਿਉਂਕਿ ਸਾਡੇ ਜਿਹੜੀ ਆਬੋ ਹਵਾ ਜਿਹੜੀ ਖਰਾਬ ਹੋ ਰਹੀ ਹੈ ਕਿ ਸਾਨੂੰ ਜਿਹੜਾ ਆਬੋ ਹਵਾ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਇਹ ਸਾਰੀ ਜਾਣਕਾਰੀ ਦੇਣਗੇ ਰੋਪਾਣਾ ਸ਼ਸ਼ੀਕਲ ਜੀ ਰੋਪਾਣਾ ਜੀ ਲਗਾਤਾਰ ਜਿਹੜਾ ਪ੍ਰਾਲੀ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਬੇਸ਼ੱਕ ਸਰਕਾਰਾਂ ਜਾਗਰੂਤ ਕਾਰੀਆਂ ਨੇ ਕਰੋੜਾਂ ਰੁਪਏ ਖਰਚਾ ਵੀ ਜਾਂਦਾ ਪਰ ਫਿਰ ਵੀ ਮਾਮਲੇ ਦਰਜ ਹੋ ਰਹੇ ਨੇ ਕਮੀ ਕਿੱਥੇ ਹੈ ਦੇਖੋ ਅਮਰਜੀਤ ਗੱਲ ਇਹਦੇ ਚ ਦੋ ਤਿੰਨ ਚੀਜ਼ਾਂ ਇੱਕ ਤਾਂ ਇਹ ਹੈਗਾ ਕਿ ਜਿਹੜੀ ਕਿਸਾਨ ਜਿਹੜੇ ਯੂਨੀਅਨ ਲਾ ਲੋ ਕਿਸਾਨ ਲੀਡਰ ਹੈ ਚ ਆਮ ਕਿਸਾਨ ਆ ਉਹ ਕਿਸੇ ਸਰਕਾਰ ਦੇ ਪ੍ਰਵਾਹ ਨਹੀਂ ਕਰ ਰਿਹਾ ਹਮ ਬੇਸ਼ੱਕ ਕਿਸਾਨ ਇਹ ਗੱਲ ਕਹਿ ਰਿਹਾ ਕਿ ਸਰਕਾਰ ਸਾਡਾ ਸਾਥ ਨਹੀਂ ਦੇ ਰਹੀ ਠੀਕ ਹੈ ਉਹ ਵੀ ਚਲੋ ਇੱਕ ਕਿਸਾਨ ਪੱਖੀ ਹੈਗਾ ਕਿ ਕਿਸਾਨਾਂ ਦਾ ਜਿਹੜਾ ਸਾਥ ਨਹੀਂ ਦੇ ਰਹੀ ਸਰਕਾਰ ਕਿਉਂਕਿ ਸਰਕਾਰ ਕਿਸਾਨ ਚਾਹੁੰਦੇ ਨੇ ਕਿ ਸਾਨੂੰ ਕੁਝ ਮੁਆਵਜ਼ਾ ਮਿਲੇ ਜਿਸ ਦੇ ਲਿਹਾਜ਼ ਦੇ ਨਾਲ ਅਸੀਂ ਜਿਹੜੀ ਅੱਗ ਲਾਉਣੀ ਬੰਦ ਕਰੀ ਤੇ ਉਹਨੂੰ ਇਹਦਾ ਕੋਈ ਹੋਰ ਜਿਹੜਾ ਬਦਲਵਾ ਪ੍ਰਬੰਧ ਕੀਤਾ ਜਾ ਸਕੇ ਪਰ ਤੂੰ ਜੇਕਰ ਇਹ ਗੱਲ ਕਰੀ ਆਪਾਂ ਕਿ ਠੀਕ ਹੈ ਸਰਕਾਰ ਲੇਟ ਹੈ ਸਰਕਾਰ ਤੋਂ ਆਪਾਂ ਬਿਨਾਂ ਅੱਗ ਲਾਏ ਤੋਂ ਵੀ ਮੰਗ ਜਿਹੜੀ ਮਨਾ ਸਕਦੇ ਆ ਜ਼ਰੂਰੀ ਨਹੀਂ ਕਿ ਆਪਾਂ ਅੱਗ ਲਗਾ ਕੇ ਹੀ ਮੰਗ ਮੰਨੇ ਕਿਉਂਕਿ ਕਿਸਾਨ ਇੱਕ ਦੂਜੇ ਤੋਂ ਵੱਧ ਕੇ ਜਿਹੜਾ ਕਿਸਾਨ ਅੱਗ ਲਾ ਰਿਹਾ ਇੱਕ ਦੂਜੇ ਤੋਂ ਵੱਧ ਕੇ ਅੱਗ ਲਾ ਰਿਆ ਜੇ ਮੰਨ ਲਓ ਕਿ ਗਵੰਡੀ ਨੇ ਲਾਤੀ ਤਾਂ ਦੂਜਾ ਕਿਸਾਨ ਕਹਿੰਦਾ ਉਹਨੇ ਲਾਤੀ ਮੈਂ ਵੀ ਅੱਗ ਲਾ ਰਿਆ ਦੇਖੋ ਦੇਖੀ ਦੇਖੋ ਦੇਖੀ ਅੱਗ ਲਾ ਰਿਸ ਕਰਕੇ ਲਗਾਤਾਰ ਜਿਹੜੇ ਮਾਮਲੇ ਨੇ ਉਹ ਵਧਦੇ ਜਾ ਰਿਹਾ ਹੁਣ ਇਸ ਅੱਗ ਨੂੰ ਰੋਕਣ ਦੇ ਲਈ ਨਾ ਤਾਂ ਸਰਕਾਰ ਨੇ ਆਪ ਚੱਲ ਕੇ ਆਉਣਾ ਨਾ ਅਦਾਲਤ ਨੇ ਚੱਲ ਕੇ ਆਉਣਾ ਤੇ ਨਾ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪ ਚੱਲ ਕੇ ਆਉਣਾ ਹੁਣ ਇੰਨਾ ਵੱਡਾ ਠੀਕ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੋਲ ਮੁਲਾਜ਼ਮ ਵੀ ਹੈ ਅਫਸਰ ਵੀ ਹੈ ਤੇ ਇਸ ਤੋਂ ਬਾਅਦ ਜਿਹੜੀਆਂ ਪੈਟਰੋਲਿੰਗ ਟੀਮਾਂ ਵੀ ਨੇ ਪਰ ਇੰਨੀਆਂ ਜ਼ਿਆਦਾ ਨਹੀਂ ਹੈਗੀਆਂ ਜਿੰਨੀਆਂ ਲੋੜੇਂਦੀਆਂ ਤਾਂ ਸਰਕਾਰ ਨੇ ਇੱਕ ਕੰਟਰੋਲ ਰੂਮ ਬਣਾਇਆ ਸੀ ਹਰ ਡਿਪਟੀ ਕਮਿਸ਼ਨਰ ਦਫ਼ਤਰ ਤਾਂ ਉੱਥੇ ਨੋਡਲ ਅਫਸਰ ਤੇ ਨਾਦ ਕੀਤੇ ਸੀ ਉਹ ਵੱਖ-ਵੱਖ ਡਿਪਾਰਟਮੈਂਟਾਂ ਚੋਂ ਲਿਆਉਂਦੇ ਸੀ ਤੇ ਉਹ ਪੀ ਡਬਲਯੂ ਡੀ ਹੋਵੇ ਚਾਹੇ ਉਹ ਬਿਜਲੀ ਡਿਪਾਰਟਮੈਂਟ ਹੋਵੇ ਚਾਹੇ ਹੋਰ ਵੱਖ-ਵੱਖ ਵਿਭਾਗਾਂ ਚੋਂ ਉੱਥੇ ਮੁਲਾਜ਼ਮਾਂ ਦੀ ਡਿਊਟੀ ਲਈ ਸੀਗੀ ਕੁਝ ਨੂੰ ਫੀਲਡ ਚ ਭੇਜਿਆ ਸੀ ਕੁਝ ਉੱਥੇ ਜਿਹੜੇ ਆਫਿਸ ਜਿਹੜਾ ਕੰਟਰੋਲ ਰੂਮ ਬਣਾਇਆ ਉੱਥੇ ਲਗਾਏ ਸੀ ਉਹ ਵੀ ਇਹ ਵੀ ਦੱਸ ਹੈਗਾ ਜੀ ਰਪਾਣਾ ਇਹ ਮੈਂ ਥੋੜਾ ਐਡ ਕਰ ਦੇਣਾ ਵੀ ਜੇਕਰ ਕਿਸੇ ਨੂੰ ਮਸ਼ੀਨਰੀ ਕਿਸਾਨ ਨੂੰ ਲੋੜ ਆ ਤਾਂ ਤੁਸੀਂ ਉਹ ਹੈਲਪਲਾਈਨ ਨੰਬਰ ਤੇ ਫੋਨ ਕਰਕੇ ਮਸ਼ੀਨਰੀ ਆ ਲੈ ਸਕਦੇ ਹੋ ਤਾਂ ਤੁਸੀਂ ਜਿਹੜਾ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਇਸ ਤਰ੍ਹਾਂ ਦੀ ਵੀ ਜਿਹੜੀ ਆ ਨਹੀਂ ਦੇਖੋ ਉਹ ਉਹ ਇੱਕ ਅਲੱਗ ਲੱਗਿਆ ਦੋਨੋਂ ਜਿਹੜਾ ਮਸ਼ੀਨਰੀ ਵਾਲਾ ਉਹ ਇੱਕ ਅਲੱਗ ਖੇਤੀਬਾੜੀ ਵਿਭਾਗ ਦਾ ਜਿਹੜਾ ਇੱਕ ਅੱਗ ਲਾਉਣ ਵਾਲਾ ਇਹ ਇਹ ਜਿਹੜਾ ਕੰਟਰੋਲ ਰੂਮ ਹੈ ਵੱਖਰਾ ਮੰਨ ਲਓ ਕੋਈ ਅੱਗ ਲੱਗੀ ਤੁਹਾਨੂੰ ਦਿਖਦੀ ਹੈ ਤੁਸੀਂ ਫੋਨ ਕਰੋ ਤਾਂ ਉੱਥੇ ਮੁਲਾਜ਼ਮ ਬੈਠੇ ਆ ਤੁਹਾਡਾ ਫੋਨ ਚੱਕ ਕੇ ਐਡਰੈਸ ਨੋਟ ਕਰਕੇ ਨਾਲ ਹੀ ਉਹਨਾਂ ਨੇ ਉੱਥੇ ਬੈਠੇ ਹੀ ਜਿਹੜੀਆਂ ਟੀਮਾਂ ਜਿਸ ਏਰੀਆ ਤੁਸੀਂ ਐਡਰੈਸ ਦਿਓਗੇ ਉਸ ਏਰੀਆ 'ਚ ਜਿਹੜੀਆਂ ਟੀਮਾਂ ਦਾ ਨੋਡ ਅਫਸਰ ਆ ਸੁਪਰਵਾਈਜ਼ਰ ਆ ਤਾਂ ਉਹ ਟੀਮਾਂ ਨੂੰ ਫੋਨ ਕਰੇਗਾ ਉਹ ਅੱਗੇ ਜਾਂ ਪੁਲਿਸ ਨਾਲ ਜਾਣਗੇ ਜਾਂ ਆਪ ਜਾਣਗੇ ਤਾਂ ਉਹ ਅੱਗ ਬੁਝਾਉਣ ਦੀ ਜਾਂ ਜਿਹੜਾ ਵੀ ਅੱਗ ਕਿਸਾਨ ਨੇ ਲਾਈ ਹੈ ਉਹਦੇ ਖਿਲਾਫ ਕਾਰਵਾਈ ਜਾਂ ਜਿੱਦਾਂ ਦੀ ਵੀ ਹੈਗੀ ਸਰਕਾਰ ਦੇ ਪੱਧਰ ਤੇ ਉਹ ਕਰਨ ਦੀ ਜਿਹੜੀ ਹੈਗੀ ਉਹ ਕਰਨਗੇ ਪਰ ਹੁਣ ਗੱਲ ਇਹ ਹੈ ਵੀ ਕਿਸਾਨ ਡਰ ਨਹੀਂ ਰਿਹਾ ਕਿਸਾਨ ਲਗਾਤਾਰ ਅੱਗ ਲਾ ਰਿਹਾ ਕਿਸਾਨ ਡਰਦਾ ਨਹੀਂ ਪਰ ਜਿਹੜੇ ਮੁਲਾਜ਼ਮ ਦੀ ਚਾਹੇ ਉਹ ਸੁਪਰਵਾਈਜ਼ਰ ਹੈ ਚਾਹੇ ਉਹ ਨੋਡਲ ਅਫਸਰ ਹੈ ਚਾਹੇ ਉਹ ਕਰਮਚਾਰੀ ਹੈ ਚਾਹੇ ਅਧਿਕਾਰੀ ਹੈ ਉਹੋ ਕਿਸਾਨਾਂ ਦੇ ਖੇਤਾਂ 'ਤੇ ਜਾਨ ਟੁੱਟਦਾ ਹੈ। ਤੁਹਾਡੇ ਯਾਦ ਹੋਣਾ ਪਿੱਛੇ ਕਾਫੀ ਮਾਮਲੇ ਜਿਹੜੇ ਸਾਹਮਣੇ ਆਏ ਸੀ। ਮੰਨ ਲਓ ਕੁਝ ਜਿਹੜੇ ਅਧਿਕਾਰੀਆ ਦੇ ਜਿਹੜੇ ਹੈਗੇ ਅਫਸਰ ਸਾਹਿਬਾਨ ਬੰਦਕ ਵੀ ਬਣਾਇਆ ਸੀ ਕਈਆਂ ਦੀ ਕੁੱਟਮਾਰ ਵੀ ਕੀਤੀ ਗਈ ਸੀ। ਕੱਲੇ ਵੀ ਜਿਹੜੇ ਪਿੰਡਾਂ ਦੇ ਵਿੱਚ ਅਫਸਰ ਸਾਹਿਬ ਜਿਹੜੀ ਤਾਇਨਾਤ ਆ ਉਹਨਾਂ ਨੂੰ ਫੋਨ ਕਰਕੇ ਜਿਹੜੀਆਂ ਟੀਮਾਂ ਨੇ ਉੱਥੇ ਪਹੁੰਚਾਉਂਦੀਆਂ ਨੇ। ਠੀਕ ਹੈ ਉੱਥੇ ਪਹੁੰਚਾਉਣ ਤੋਂ ਬਾਅਦ ਹੁਣ ਗੱਲ ਇਹ ਆ ਵੀ ਤੁਸੀਂ ਫੋਨ ਕਰਤਾ ਕੰਟਰੋਲ ਰੂਮ ਤੋਂ ਫੋਨ ਤੁਹਾਨੂੰ ਚਲਾ ਗਿਆ। ਕਿ ਉੱਥੇ ਅੱਗ ਲੱਗੀ ਹੋਈ ਹੈ ਫੋਨ ਆਇਆ ਜਾਂ ਉਥੋਂ ਰਿਕੁਐਸਟ ਆਈ ਹੈ ਜਾਂ ਉਥੋਂ ਕਿਸੇ ਨੇ ਕੰਪਲੇਂਟ ਕੀਤੀ ਹੈ ਪਰ ਜਿਹੜੀਆਂ ਉਹ ਟੀਮਾਂ ਦੇ ਜਿਹੜੇ ਨੋਟ ਅਫਸਰ ਹੈ ਜਾਂ ਕਿਉਂ ਹੈ ਤਾਂ ਆਮ ਕਰਮਚਾਰੀ ਠੀਕ ਹੈ ਉਹ ਹੁਣ ਉੱਥੇ ਕਿਸਾਨਾਂ ਕੋਲ ਖੇਤਾਂ 'ਚ ਜਾਣ ਤੋਂ ਡਰਦੇ ਆ ਕਿਉਂ ਕਿ ਤੁਹਾਡੇ ਯਾਦ ਹੋਣਾ ਪਿਛਲੇ ਸਮੇਂ ਦੌਰਾਨ ਕਾਫੀ ਮੁਲਾਜ਼ਮਾਂ ਨੂੰ ਕਿਸੇ ਕਿਸੇ ਨਕੇਸਾਂ ਦੇ ਵਿੱਚ ਬੰਦਕ ਬਣਾਉਣ ਦੇ ਕਾਫੀ ਮਾਮਲੇ ਸਾਹਮਣੇ ਆਏ ਉਹ ਉਹਦਾ ਦੇ ਮਾਮਲੇ ਸਾਹਮਣੇ ਆਇਆ ਹੁਣ ਮੁਲਾਜ਼ਮ ਇਹ ਗੱਲ ਕਹਿੰਦੇ ਆ ਵੀ ਸਰਕਾਰ ਕਿਸਾਨਾਂ ਤੋਂ ਡਰਦੀ ਹੈ ਸਰਕਾਰ ਕਿਸਾਨਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ ਅਸੀਂ ਖੇਤਾਂ 'ਚ ਜਾਵਾਂਗੇ ਆਪ ਉੱਥੇ ਕੋ ਕੁੱਟਮਾਰ ਵੀ ਹੋ ਸਕਦੀ ਆ ਬੰਦਕ ਵੀ ਬਣਾ ਸਕਦੇ ਆ ਕਿ ਬੇਰ ਕੋ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਪਰ ਬਾਣੀ ਕਿਤਨਾ ਕਹਤੇ ਆਪਾਂ ਇਹ ਗੱਲ ਕੀਤੀ ਆ ਪਰਚੇ ਦਰਜ ਕਰਨ ਦੇ ਨਾਲ ਅਫਸਰਾਂ ਨੂੰ ਨੋਟਿਸ ਦੇਣ ਦੇ ਨਾਲ ਕੀ ਲੱਗਦਾ ਤੁਹਾਨੂੰ ਪੰਜਾਬ ਦਾ ਜਿਹੜਾ ਇਹ ਮਸਲਾ ਉਹ ਹੱਲ ਹੋ ਸਕੇਗਾ ਬੇਸ਼ੱਕ ਦਾਵਾ ਬੜਾ ਕੀਤਾ ਜਾ ਰਿਹਾ ਵੀ ਇੰਨੇ ਜਿਹੜਾ ਲੋਕਾਂ ਦੇ ਪਰਚੇ ਅਰਜ਼ი ਕਰਤੇ ਇੰਨੇ ਕਿਸਾਨਾਂ ਦੇ ਉੱਪਰ ਤੇ ਦਰਜ ਕਰਤੇ ਪੇਸ਼ ਪਰਚੇ ਜਿਹੜੇ ਨੂੰ ਕੈਨਸਲ ਵੀ ਹੋ ਜਾਂਦੇ ਨੇ ਤੇ ਉਸ ਵਾਰ ਕਈ ਜਿਹੜੇ ਅਫਸਰ ਸਵਾਨਾਂ ਨੂੰ ਨੋਟਿਸ ਵੀ ਜਾਰੀ ਕੀਤਾ ਜਾਂਦਾ ਔਰ ਨੋਟਿਸ ਜਿਹੜਾ ਉੱਥੇ ਰੱਦ ਵੀ ਹੋ ਜਾਂਦਾ ਜਾਂ ਫਿਰ ਉਸੇ ਪ ਤੈਨੂੰ ਲੱਗਦਾ ਵੀ ਪੰਜਾਬ ਦਾ ਨਾਮੀ ਮਸਲਾ ਹੈ ਖਾਸ ਤੌਰ ਤੇ ਪ੍ਰਾਲੀ ਦਾ ਮੁੱਦਾ ਹੈ ਕਿ ਇਹ ਹੱਲ ਹੋ ਸਕੇਗਾ ਦੇਖੋ ਗੱਲ ਇਹ ਹੁਣ ਤੁਸੀਂ ਕੱਲ ਦੀ ਗੱਲ ਕੀਤੀ ਹੈ ਇਸ ਮਸਲੇ ਕੱਲ ਕੱਲ ਦੇ ਵਿੱਚ ਇੱਕ ਦਿਨ ਦੇ ਵਿੱਚ 977 ਅਫਸਰਾਂ ਨੂੰ ਨੋਟਿਸ ਜਾਰੀ ਕੀਤਾ ਕਿ 56 ਦੇ ਖਿਲਾਫ ਕਾਰਵਾਈ ਕਰਨ ਦੀ ਜਿਹੜੀ ਹੈਗੀ ਉਹਨਾਂ ਨੇ ਮੁਹਿੰਮ ਜਿਹੜੀ ਉਹ ਸ਼ੁਰੂ ਕੀਤੀ ਹੈ ਤਾਂ ਉਹਦੇ ਵਿੱਚ ਇਹ ਇਹ ਮਾਮਲਾ ਹੈਗਾ 15 ਸਤੰਬਰ ਤੋਂ 4 ਨਵੰਬਰ ਤੱਕ ਵੀ ਤੁਸੀਂ ਲਾਹ ਪਰਵਾਹੀ ਵਰਤੇ ਤੁਸੀਂ ਅੱਗ ਨਹੀਂ बुझा ਸਕੇ ਖਾਸ ਕਰਕੇ ਜਿਹੜੀ ਵੱਡੇ ਕਾਰਵਾਈ ਜਿਹੜੇ ਵੱਡੇ ਮੁਲਾਜ਼ਮਾਂ ਦੀ ਗਿਣਤੀ ਉਹ ਹੈਗੀ ਹੈ ਅੰਮ੍ਰਿਤਸਰ ਕਿਉਂਕਿ ਤੁਹਾਡੇ ਯਾਦ ਹੋਣਾ ਪਿਛਲੇ ਕੁਝ ਦਿਨਾਂ ਪਹਿਲਾਂ ਦੀਵਾਲੀ ਦੇ ਆਸ-ਪਾਸ ਅੰਮ੍ਰਿਤਸਰ ਦੇ ਵਿੱਚ ਹੀ 300 ਤੋਂ ਵੱਧ ਜਿਹੜਾ ਹੈਗਾ ਕ੍ਰਾਸ ਕਰ ਗਿਆ ਸੀਗਾ ਇਹ ਕਿਉਂਗਾ ਉੱਥੋਂ ਦਾ ਤੇ ਉਦੋਂ ਉਸ ਤੋਂ ਬਾਅਦ ਪਟਿਆਲਾ ਵੀ ਸੀਗਾ ਹੋਰ ਗਵਿੰਦਗੜ ਕਾਫੀ ਸੀਗੇ ਪਰ ਅੰਮ੍ਰਿਤਸਰ ਸਭ ਤੋਂ ਵੱਧ ਸੀ ਤਾਂ ਸਰਕਾਰ ਨੇ ਜਾਂ ਡਿਪਾਰਟਮੈਂਟ ਨੇ ਆਪਦਾ ਪੱਲਾ ਝਾੜਨਾ ਕੋਈ ਆਪਣੀ ਖਾਣਾ ਪੂਰਤੀ ਕਰਨੀ ਆ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਹੋਗੀ ਮੁਲਾਜ਼ਮਾਂ ਜੇ ਤੁਸੀਂ ਕਾਰਵਾਈ ਕਰੋਗੇ ਕੱਲ ਉਹਨਾਂ ਨੇ ਧਰਨੇ ਸ਼ੁਰੂ ਕਰ ਦੇਣੇ ਆ ਧਰਨੇ ਹੋਗੇ ਜੋ ਜੂਨੀਅਨ ਦੇ ਅੱਗੇ ਆ ਜਗੇ ਜੂਨੀਅਨ ਤਬਾ ਫਿਰ ਤੁਹਾਨੂੰ ਕਾਰਵਾਈ ਵਾਪਸ ਲੈਣੀ ਪੈਗੀ ਉਸ ਤੋਂ ਬਾਅਦ ਕੀ ਹੋਏਗਾ ਜਦੋਂ ਇਹ ਸਾਰਾ ਮਾਮਲਾ ਹੋਏਗਾ ਜੂਨੀਅਨ ਆਏਗੇ ਕਾਰਵਾਈ ਕਰਨ ਤੋਂ ਪਿੱਛੇ ਹਟੋਗੇ ਨੋਟਿਸ ਵਾਪਸ ਹੋਣਗੇ ਜਾਂ ਕਾਰਵਾਈ ਵਾਪਸ ਹੋਏਗੀ ਉਦੋਂ ਨੂੰ ਜਨਵਰੀ ਫਰਵਰੀ ਆ ਜਾਏਗੀ ਇੰਨੀ ਦੇਰ ਤੱਕ ਜਿਹੜਾ ਹੈ ਕੋ ਤੁਹਾਡਾ ਸੈੱਟ ਹੋ ਜਾਏਗਾ ਠੀਕ ਹੈ ਸਰਕਾਰ ਆਪਣੀ ਵੀ ਸੱਚੀ ਹੋਗੀ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਹੋਗੀ ਠੀਕ ਹੈ ਵਾਪਸ ਵੀ ਲੈ ਲੈ ਮੁਲਾਜ਼ਮ ਵੀ ਠੀਕ ਹੋਗੇ ਇਹ ਲੋਕਾਂ ਨੂੰ ਵੀ ਸਰਕਾਰ ਨੇ ਜਿਹੜਾ ਆਪਣਾ ਮਸਲਾ ਫੇਰ ਉੱਥੇ ਰਹਿ ਗਿਆ ਪਰ ਗੱਲ ਤਾਂ ਇਹੀ ਹੈ ਕਿ ਮਸਲਾ ਹੱਲ ਕਿਵੇਂ ਹੋਵੇ ਮੈਂ ਪੰਜਾਬ ਦੇ ਇਸ ਸਮੇਂ ਬਹੁਤ ਕਾਫੀ ਲੱਕੇ ਅਸੀਂ ਦੇਖੇ ਨੇ ਜਿੱਥੇ ਪੁਲਿਸ ਮੁਲਾਜ਼ਮਾਂ ਨੂੰ ਆਪ ਜਾ ਕੇ ਅੱਗ ਬੁਝਾਉਂਦੇ ਦੇਖਿਆ ਫਾਇਰ ਬ੍ਰਿਗੇਡਰ ਨੂੰ ਜਾ ਕੇ ਅੱਗ ਬੁਝਾਉਂਦੇ ਦੇਖਿਆ ਪੰਜਾਬ ਪੰਜਾਬ ਦੇ ਵਿੱਚ ਅਜੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਆਪਾਂ ਦੇਖਿਆ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਟਰੈਕਟਰ ਦੇ ਉੱਪਰ ਬੈਠ ਕੇ ਆਪ ਅੱਗ ਬੁਝਾ ਰਹੇ ਨੇ ਹੁਣ ਤੱਕ ਹੁਣ ਤੱਕ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ 2111 ਕਿਸਾਨਾਂ ਦੇ ਜਿਹੜੀਆਂ ਉਹਨਾਂ ਦੇ ਜ਼ਮੀਨ ਦੇ ਜਿਹੜੇ ਉਹਦੇ ਨੰਬਰ ਨੇ ਉਹਦੇ ਖਿਲਾਫ ਐਡ ਰੈੱਡ ਐਂਟਰੀ ਕਰ ਦਿੱਤੀ ਗਈ ਹੈ ਤੇ ਜਦੋਂ ਕਿ ਉਹਦੇ ਚ ਲਗਭਗ 2711 ਐਫਆਈਆ ਦਰਜ ਕੀਤੀ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਵੀ ਆ ਇਹਦੇ ਚ ਕਾਫੀ ਜੁਰਮਾਨਾ ਵੀ ਵਸੂਲਿਆ ਗਿਆ ਕਰੀਬ-ਕਰੀਬ ਮੈਨੂੰ ਲੱਗਦਾ ਹੈ ਵੀ 5 ਲੱਖ ਦੇ ਕਰਾਬ 54 54.90 ਲੱਖ ਜਿਹੜਾ ਹੈਗਾ ਜੁਰਮਾਨਾ ਜਿਹੜਾ ਹੁਣ ਤੱਕ ਕੀਤਾ ਜਾ ਚੁੱਕਾ ਕਿਸਾਨਾਂ ਨੂੰ ਜਿਹਦੇ ਚੋਂ 5 ਕ ਲੱਖ ਦੀ ਵਸੂਲੀ ਹੋਈ ਆ ਤੇ ਪਨੇਕਰਪਨ ਜੇ ਵੀ ਹੋਇਆ ਸੀ ਤੁਸੀਂ ਕਹਿ ਰਹੇ ਚਲੋ ਆਪਾਂ ਤਾਂ ਹੋਰ ਐਡ ਕਰ ਦੇਣਾ ਕਿ ਇਹ ਪੰਜਾਬ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਵੀ ਆਰਡਰ ਕੱਢੇ ਸੀ ਕਿ ਜੇਕਰ ਕੋਈ ਕਿਸਾਨ ਭਰਾਲੇ ਨੂੰ ਅੱਗ ਲਗਾਏਗਾ ਤਨ ਜਿਹੜਾ ਅਸਲਾ ਲਾਇਸੈਂਸ ਆ ਉਹ ਲੰਬੇ ਸਮੇਂ ਲਈ ਜਿਹੜਾ ਰੱਦ ਕੀਤਾ ਜਾਵੇਗਾ ਜਨਨ ਕਿ ਰੈੱਡ ਦੇ ਵਿੱਚ ਪਾਤਾ ਜਾਵੇਗਾ ਜਨਨ ਕਿ ਮੈਂ ਉਹੀ ਕਹਿ ਰਹਾ ਮਰਜ਼ੀ ਦੀ ਗੱਲ ਇਹ ਆ ਵੀ ਤੁਸੀਂ ਹਕੀਕਤ ਵਿੱਚ ਕਦੋਂ ਕਰੋਗੇ ਇਹ ਸਿਰਫ ਕਿਸਾਨਾਂ ਨੂੰ ਡਰਾਉਣ ਦਾ ਹੋ ਆ ਰੈੱਡ ਐਂਟੇ ਕਰਤੀ ਤੁਹਾਡਾ ਅਸਲਾ ਲਾਇਸੈਂਸ ਨਹੀਂ ਬੰਦਣਾ ਪਰ ਕਿਸਾਨਾਂ ਦੇ ਅੱਗੇ ਸਰਕਾਰ ਟਿਕੇਗੀ ਕਿਵੇਂ ਜਦੋਂ ਗੱਲ ਵੋਟ ਬੈਂਕ ਦੀ ਹੁੰਦੀ ਆ ਤਾਂ ਕਿਸਾਨਾਂ ਦੇ ਅੱਗੇ ਸਰਕਾਰ ਟਿਕੇਗੀ ਕਿਵੇਂ ਠੀਕ ਹੈ ਕਿਸਾਨਾਂ ਨੇ ਧਰਨਾ ਸ਼ੁਰੂ ਕਰ ਦੇਣੇ ਆ ਕਿਸਾਨਾਂ ਨੇ ਹਾਈਵੇ ਜਾਮ ਕਰ ਦੇਣੇ ਆ ਤੇ ਸਰਕਾਰ ਫਿਰ ਬੈਗਫੁੱਟ ਤੇ ਆ ਜਾਏਗੀ ਪਰ ਗੱਲ ਇਹ ਆ ਵੀ ਕਿਸਾਨਾਂ ਤੇ ਸਰਕਾਰ ਨੂੰ ਹੀ ਆਪਸ ਵਿਚ ਬੈਠ ਕੇ ਜਿਹੜਾ ਮਸਲਾ ਨਿਵੇੜਨਾ ਚਾਹੀਦਾ ਬੇ ਹੋਏਗਾ ਤੇ ਹੋਏਗਾ ਕਿਵੇਂ ਹੁਣ ਇਹਦੇ ਵਿੱਚ ਜਿਹੜੀ ਇਹ ਜਿਹੜੀ ਇਹ ਧਾਰਾ ਹੈ ਜਿਹੜੀ ਇਹ ਕਾਨੂੰਨ ਬਣਾਇਆ ਹੋਇਆ ਕੱਲਾ ਪੀਪੀਸੀਬੀ ਦਾ ਕਾਨੂੰਨ ਨਹੀਂ ਹੈਗਾ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਜਾਂ ਪੰਜਾਬ ਸਰਕਾਰ ਦਾ ਇਹ ਚ ਹਾਈ ਕੋਰਟ ਵੀ ਸ਼ਕਤ ਹੈ ਇਹਦੇ ਸੁਪਰੀਮ ਕੋਰਟ ਵੀ ਸ਼ਕਤ ਹੈ ਇਹਦੇ ਵਿੱਚ ਜਿਹੜਾ ਹੋਰ ਜਿਹੜਾ ਹਵਾ ਜਿਹੜਾ ਗੁਣਵੱਤਾ ਜਿਹੜਾ ਪ੍ਰਬੰਧਨ ਹੈਗਾ ਉਹਦੇ ਤੇ ਇੱਕ ਜਿਹੜੀ ਧਾਰਾ 14 ਉਸ ਦੇ ਤਹਿਤ ਲਗਭਗ 1 ਕਰੋੜ ਤੱਕ ਤੁਸੀਂ ਜੁਰਮਾਨਾ ਕਰ ਸਕਦੇ ਹੋ ਤੇ 5 ਸਾਲ ਦੀ ਸਜ਼ਾ ਜਿਹੜਾ ਪ੍ਰਾਲੀ ਨੂੰ ਅੱਗ ਲਾਉਣ ਦਾ ਹੁਣ ਇਹ ਨਹੀਂਗਾ ਵੀ ਹਰ ਬੰਦੇ ਨੂੰ 1 ਕਰੋੜ ਰੁਪਏ ਜੁਰਮਾਨਾ ਕਰ ਦੋਗੇ ਉਹ ਤਾਂ ਇਹ ਹੈ ਕਿ ਤੁਸੀਂ ਉਹਦੇ ਹਿਸਾਬ ਦੇ ਨਾਲ ਹੈ ਕਿ ਮੌਸਮ ਦੇ ਹਿਸਾਬ ਨਾਲ ਜਾਂ ਤੁਸੀਂ ਇਹ ਦੇਖੋਗੇ ਹਾਲਾਤਾਂ ਦੇ ਹਿਸਾਬ ਨਾਲ ਕਿੰਦਾਂ ਦੇ ਵੱਧ ਤੋਂ ਵੱਧ 1 ਕਰੋੜ ਰੁਪਏ ਜੁਰਮਾਨਾ ਕਰ ਸਕਦੇ ਹੋ ਤੇ 5 ਲੱਖ ਜਿਹੜੇ 5 ਸਾਲ ਤੱਕ ਦੀ ਸਜ਼ਾ ਕੀਤੀ ਜਾ ਸਕਦੀ ਹੈ ਪਰ ਹੁਣ ਇਹ ਵੀ ਸਜ਼ਾ ਤੇ ਜਰਮਾਨਾ ਦੋਨੋਂ ਚੀਜ਼ਾਂ ਹੁਣ ਤੱਕ ਕਿੰਨਿਆਂ ਨੂੰ ਹੋਈਆਂ ਬਿਲਕੁਲ ਬਿਲਕੁਲ ਕਿੰਨੇ ਕਿਸਾਨਾਂ ਨੂੰ ਹੋਈਆਂ ਰੈਡ ਐਂਟਰੀ ਪਿਛਲੇ ਸਾਲ ਵੀ ਕੀਤੀ ਜਾ ਰਹੀ ਸੀ ਅਸਲ ਅਸਾਂ ਪਿਛਲੇ ਸਾਲ ਵੀ ਜਦੋਂ ਪਿਛਲਾ ਹਾਰੀ ਸੀਜ਼ਨ ਸੀਗਾ ਅਗਲਾ ਆਉਂਦਾ ਸੀਗਾ ਉਦੋਂ ਵੀ ਕੀਤੀ ਜਾ ਰਹੀ ਸੀਗੀ ਉਦੋਂ ਵੀ ਅਸਲਾ ਲਾਇਸੈਂਸ ਕੈਨਸਲ ਹੋਣੇ ਸੀ ਹੁਣ ਤੱਕ ਪੰਜਾਬ ਦੇ ਵਿੱਚ ਕਿੰਨੇ ਅਸਲਾ ਲਾਇਸੈਂਸ ਰਿਜੈਕਟ ਹੋਏ ਜੇ ਮੋਟੇ ਮੋਟੇ ਦੇ ਆਪਾਂ ਲਈਏ ਜੇਕਰ ਸਖਤ ਕਾਰਵਾਈ ਕੀਤੀ ਵੇ ਮੈਨੂੰ ਲੱਗਦਾ ਵੀ ਸੜਕ ਕਿਸਾਨ ਜਿਹੜੇ ਨੇ ਉਹ ਮਜਬੂਰਨ ਜਿਹੜਾ ਅੱਗ ਉਹ ਨਹੀਂ ਲਗਾਣਗੇ ਕਿਉਂਕਿ ਮਜਬੂਰੀ ਤਾਂ ਉਹਨਾਂ ਦੀ ਹੀ ਹੈ ਤੇ ਹੁਣ ਇੱਕ ਹੋਰ ਵੀ ਹੈ ਜਿੰਨੀਆਂ ਤੁਸੀਂ ਐਫਆਈਆਰ ਕੀਤੀਆਂ ਪਿਛਲੇ ਸਾਲ ਵੀ ਕੀਤੀਆਂ ਸੀ ਤੇ ਹੁਣ ਵੀ ਕੀਤੀਆਂ ਉਹਦੇ ਵਿੱਚ ਕਿੰਨੀਆਂ ਐਫਆਈਆਰ ਦੇ ਤਹਿਤ ਤੁਸੀਂ ਕਿੰਨੇ ਕਿਸਾਨਾਂ ਦੀ ਗ੍ਰਿਫਤਾਰੀ ਪਾਈ ਹੈ ਠੀਕ ਹੈ ਇਹ ਸਰਕਾਰ ਪਰ ਹੁਣ ਗੱਲ ਇਹ ਆਪਾਂ ਉਥੇ ਜਿੱਦੋਂ ਸ਼ੁਰੂ ਕੀਤਾ ਸੀ ਕਿ ਗੱਲ ਇਹ ਵੀ ਮੁਲਾਜ਼ਮਾਂ ਦੇ ਕਾਰਕ ਕਰਾਈ ਕਿਉਂ ਮੁਲਾਜ਼ਮ ਤਾਂ ਵਿਚਾਲੇ ਪਿਸ ਰਿਆ ਮੁਲਾਜ਼ਮ ਕਿਸਾਨਾਂ ਤੋਂ ਡਰ ਰਿਆ ਸਰਕਾਰ ਨੂੰ ਜਵਾਬ ਨਹੀਂ ਦੇ ਸਕਦਾ ਜਿੱਦਾਂ ਸਰਕਾਰ ਖਾਣਾ ਪੂਰਤੀ ਕਰ ਰਹੀ ਹੈ ਉਦਾਂ ਮੁਲਾਜ਼ਮ ਵੀ ਖਾਣਾ ਪੂਰਤੀ ਮੁਲਾਜ਼ਮ ਠੀਕ ਹੈ ਜਿਹੜੇ ਕੰਟਰੋਲ ਰੂਮ ਚ ਬੈਠੇ ਆ ਫੋਨ ਆ ਗਿਆ ਫੋਨ ਸੁਣਿਆ ਅੱਗੇ ਜਿਹੜਾ ਟੀਮ ਜਿਹੜੀਆਂ ਫੀਲਡ ਵਾਲੀਆਂ ਉਹਨਾਂ ਨੂੰ ਦੱਸਦਾ ਫੀਲਡ ਵਾਲੀ ਟੀਮ ਹੋ ਸਕਦਾ ਨੇੜੇ ਬੈਠੀ ਹੋਵੇ ਪਰ ਉਹ ਕਿਸਾਨਾਂ ਕੋਲ ਜਾਣ ਤੋਂ ਡਰਦੀ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਪਹਿਲੀ ਗੱਲ ਤਾਂ ਕਿਸਾਨਾਂ ਨਾਲ ਬਿਠਾ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਇੱਕਰਬਾਣਜ ਹੋਰ ਹੈ ਜਿਹੜਾ ਪੰਜਾਬ ਦੀ ਗੱਲ ਕੀਤੀ ਆ ਵੀ ਤੁਸੀਂ ਕਿਹਾ ਵੀ ਜਿਹੜਾ ਮਾਮਲੇ ਵਧ ਰਹੇ ਨੇ ਤਾਂ ਕਰਕੇ ਜਿਹੜਾ ਸਖਤੀ ਲੈਣੀ ਪਈ ਹੈ ਜਿਹੜਾ ਪ੍ਰਸ਼ਾਸਨ ਨੂੰ ਵੇ ਇਹਨਾਂ ਲੋਕਾਂ ਨੂੰ ਜਿਹੜਾ ਨੋਟਿਸ ਜਾਰੀ ਕਰਨਾ ਪਿਆ ਅਫਸਰ ਸਰ ਬਣਾ ਨੂੰ ਜੇਕਰ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਹੁਣ ਕੀ ਸਥਿਤੀ ਕੀ ਆ ਵਾਤਾਵਰਨ ਦੀ ਮਤਲਬ ਦੇਖੋ ਵਾਤਾਵਰਨ ਤਾਂ ਹਾਲਾਤ ਖਰਾਬ ਹੀ ਨੇ ਬਹੁਤੇ ਹਾਲਾਤ ਜਿਹੜੇ ਸੁਖਾਵੇਂ ਨਹੀਂ ਹੈਗੇ ਕੱਲ ਪੰਜਾਬ ਦੀ ਵੀ ਗੱਲ ਕਰ ਲੋ ਦਿੱਲੀ 'ਚ ਤਾਂ ਹੈ ਹੀ ਹੈ ਪੰਜਾਬ ਦੇ ਵੀ ਗੋਵਿੰਦਗੜਾ ਅਮਰਸਾਰਾ ਉਸ ਦੇ ਵਿੱਚ ਅਮਰਸਾਰ ਸੀਗਾ ਜਿਹੜਾ ਅੱਜ 223 ਹੈ ਉਸ ਤੋਂ ਬਾਅਦ ਪਟਿਆਲਾ ਜਿਹੜਾ ਹੈ ਕਿ ਉਹ 181 ਹੈ ਮਤਲਬ ਹਲੇ ਵੀ ਹਾਲਾਤ ਨੇ ਜਿਹੜੇ ਉਹ ਕਾਫੀ ਰੈੱਡ ਜ਼ੋਨ ਕੋਈ ਰੈੱਡ ਚਾ ਕੋਈ ਔਰੇਂਜ ਚ ਹੈ ਤੇ ਕੋਈ येलो ਲੈਨ ਚ ਹੈਗੇ ਆ ਪਰ ਇਸ ਕਰਕੇ ਇਹਨੂੰ ਲਹਲੇ ਸਮਾਂ ਲੱਗੇਗਾ ਇਹਨੂੰ ਮੇਰੇ ਖਿਆਲ ਨਵੇਂ ਸਾਲ ਦੇ ਆਸ-ਪਾਸ ਨਿਊ ਇਅਰ ਦੇ ਨੇੜੇ ਤੇੜੇ ਜਾ ਕੇ ਜਿਹੜਾ ਮੌਸਮ ਹੋ ਸਾਫ ਹੋਊਗਾ ਪਰ ਨਿਊ ਇਅਰ ਤੱਕ ਜਿਹੜਾ ਮੌਸਮ ਹੈ ਇਹ ਜਾਂ ਜੇ ਬਾਰਿਸ਼ ਹੋ ਜਾਏ ਫਿਰ ਅਗਰ ਬਾਰਿਸ਼ ਹੋਗੀ ਤਾਂ ਫਿਰ ਮੌਸਮ ਸੈੱਟ ਹੋ ਜਾਏਗਾ ਅਗਰ ਬਾਰਿਸ਼ ਨਹੀਂ ਹੁੰਦੀ ਤਾਂ ਜਾ ਕੇ ਨਿਊ ਇਅਰ ਦੇ ਲਗਭਗ ਜਿਹੜਾ ਮੌਸਮ ਆਹੋ ਸਾਫ ਹੋਏਗਾ ਠੀਕ ਹੈ ਰਪਾਣੀ ਬਹੁਤ ਧੰਨਵਾਦ ਸਭ ਬਿਲਕੁਲ ਅੱਜ ਅਸੀਂ ਤੁਹਾਨੂੰ ਖਾਸ ਤੌਰ ਤੇ ਜਿਹੜਾ ਪਰਾਲੀ ਦੇ ਮਾਮਲੇ ਨੇ ਲਗਾਤਾਰ ਵਾਧ ਰਹੇ ਨੇ ਕਿਉਂਕਿ ਜਿਹੜੇ ਕਿਸਾਨ ਨੇ ਉਹ ਪਰਾਲੀ ਨੂੰ ਅੱਗ ਲਗਾ ਰਹੇ ਨੇ ਕਿਉਂਕਿ ਕਿਸਾਨ ਵੀ ਜਿਹੜਾ ਕਿਤੇ ਨਾ ਕਿਤੇ ਮਜਬੂਰ ਹੈ ਕਿਉਂਕਿ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਹੈ ਸਰਕਾਰ ਵੱਲੋਂ ਜਿਹੜਾ ਸਹੂਲਤ ਨਹੀਂ ਮਿਲਦੀ ਜਾਂ ਫਿਰ ਛੋਟੇ ਜਿਹੜੇ ਕਿਸਾਨ ਨੇ ਉਹ ਆਪਣੀ ਮਸ਼ੀਨ ਨਹੀਂ ਲੈ ਸਕਦੇ ਪਰ ਜਿਹੜੇ ਉਹ ਕਿਤੇ ਨਾ ਕਿਤੇ ਮਜਬੂਰ ਹੋ ਕੇ ਆਪਣੀ ਜਿਹੜੀ ਹੈ ਪਰਾਲੀ ਨੂੰ ਅੱਗ ਲਗਾ ਦਿੰਦੇ ਨੇ ਜਿਸ ਨਾਲ ਧੂੰਆਂ ਫੈਲਦਾ ਹੈ ਤਾਂ ਉਸ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਜਿਹੜਾ ਸ਼ਕਤੀ ਦਿਖਾਈ ਹੈ ਕੀ ਸ਼ਕਤੀ ਦਾ ਅਸਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਜਾਂ ਨਹੀਂ ਇਹ ਪੂਰੀ ਜਿਹੜੀ ਜਾਣਕਾਰੀ ਹੈ ਅਸੀਂ ਮੁੰਡ ਜਿਹੜਾ ਮੋਲ ਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀਆਂ ਦੀ ਇਜਾਜ਼ਤ ਤਾਂਗਾ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ flankboard truck repair trust we build in truck repair or scan qr code to contact us the masala twist oxnard Find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy Find authentic indian cuisine in tracy or scan qr code to contact us Billa Market scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA scan this QR code to contact us Mountain Mike Pizza scan this QR code to contact us Apa kadahi made and served with love scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.